ਸਿੱਖਾਂ ਦਾ ਮਾਨੀ ਮਾਮਾ ਤੁਸੀਂ ਮਤ ਪਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਨਦਾਣ ਨਟੋ ਨੋਟਿਆਂ ਦੀ ਓੜ ਧੰਨ ਧੰਨ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁੱਖ ਦੇ ਜਹ ਤੈ ਪੈ ਸਹਾਏ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਦਸਾਂ ਪਾਤਸ਼ਾਹ ਦੀ ਜਗਤੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਮਹਾਰਾਜ ਸਾਹਿਬ ਜੀ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਫਲੋਆ ਮਹਾਰਾਜ ਸਾਹਿਬ ਜੀ ਆਪ ਜੀ ਨੇ ਕਿਰਪਾ ਕਰਕੇ ਸਤਿਗੁਰ ਸਾਹਿਬ ਜੀ ਆਪ ਜੀਆਂ ਦਾ ਪ੍ਰਗਟ ਦਿਵਸ ਅਵਤਾਰ ਦਿਹਾੜਾ ਸਤਿਗੁਰ ਸਾਹਿਬ ਜੀ 553ਵਾਂ ਅਵਤਾਰ ਦਿਹਾੜਾ ਸੰਗਤਾਂ ਬੜੀਆਂ ਧੂਮ ਧਾਮ ਦੇ ਨਾਲ ਦੁਨੀਆਂ ਭਰ ਦੇ ਕੋਨੇ ਕੋਨੇ 'ਚ ਮਨਾ ਰਹੀਆਂ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਗੁਰਦੁਆਰਾ ਗੁਰਮੰਦ ਪ੍ਰਕਾਸ਼ ਮੰਡੀ ਕਾ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਯਾਦਗਾਰੀ ਅਸਥਾਨ ਤੇ ਉੱਥੇ ਵੀ ਆਪ ਜੀਆਂ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਪਵਿੱਤਰ ਅਵਤਾਰ ਦਿਹਾੜਾ ਸੰਗਤਾਂ ਬੜੀ ਧੂਮ ਧਾਮ ਦੇ ਨਾਲ ਅੱਜ ਸਤਿਗੁਰ ਸਾਹਿਬ ਜੀ ਦੂਸਰਾ ਮਹਾਨ ਨਗਰ ਕੀਰਤਨ ਸਤਿਗੁਰ ਸਾਹਿਬ ਜੀ ਮਹਾਰਾਜ ਆਰੰਭ ਹੋਣ ਜਾ ਰਿਹਾ ਸ਼ਾਸਤਰ ਵਿਦਿਆ ਆਪ ਜੀ ਨੇ ਛੇਵੇਂ ਜਾਮੇ 'ਚ ਬਖਸ਼ਿਸ਼ ਕੀਤੀ ਮਹਾਰਾਜ ਸਾਹਿਬ ਜੀ ਆਪ ਜੀ ਦੇ ਬੱਚੇ ਬੱਚੀਆਂ ਸਿੱਖ ਸਿੱਖਣੀਆਂ ਸਿੰਘ ਸਿੰਘਣੇ ਸੁਨੇ ਤਿਆਰ ਪੁੱਟ ਤਿਆਰ ਸਤਿਗੁਰ ਸਾਹਿਬ ਜੀ ਸ਼ਾਸਤਰਾਂ ਦੇ ਪ੍ਰਕਾਸ਼ ਕਰਕੇ ਅਖਾੜੇ ਆਰੰਭ ਕਰਨ ਦੀ ਅਰਦਾਸ ਕਰ ਰਹੇ ਨੇ ਆਪ ਜੀ ਨੇ ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਬੱਚਿਆਂ ਨੂੰ ਬਾਣੀ ਬਾਣਾ ਬਖਸ਼ਿਸ਼ ਕੇ ਨਿਹਾਲ ਕਰਨਾ ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕਰਨੀਆਂ ਸਾਰੇ ਬੱਚਿਆਂ ਨੂੰ ਸਿੰਘਾਂ ਸਿੰਘਣੀਆਂ ਨੂੰ ਭਜੰਗੀ ਭਜੰਗੜਾਂ ਨੂੰ ਨਗਰ ਕੀਰਤਨ ਦੌਰਾਨ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਨਾ ਵੱਲੋਂ ਤੋਂ ਬਖਸ਼ਣਾ ਆਪ ਜੀ ਦੇ ਸ਼ਾਸਤਰ ਵਿਦਿਆ ਦੇ ਜੋਹਰ ਵਿਖਾਉਣ ਸਤਿਗੁਰ ਸਾਹਿਬ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਾਰੇ ਪਰਿਵਾਰਾਂ ਦੀਆਂ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਮਹਾਰਾਜ ਸੰਗਤਾਂ ਬੜੀਆਂ ਸ਼ਰਧਾ ਭਾਵਨਾ ਨਾਲ ਅਨੇਕ ਪ੍ਰਕਾਰ ਭੋਜਨ ਬਹੁਤ ਕੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਪਦਾਰਥ ਤਿਆਰ ਕਰਕੇ ਭੇਟਾ ਕਰ ਰਹੇ ਨੇ ਆਪ ਜੀ ਦੀਆਂ ਸਾਰੀਆਂ ਸੰਗਤਾਂ ਦੀਆਂ ਚੱਲਿਆ ਹੋਇਆ ਕਦਮ ਕਦਮ ਦੇਖੇ ਲੈਣਾ ਸਾਰਿਆਂ ਨੂੰ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਹਾਲ ਕਰਨਾ ਏਕਤਾ ਅਤਵਾਕ ਬਖਸ਼ਣਾ ਜਿਲ੍ਹਾ ਵਿੱਚ ਤੰਗੀਆਂ ਭੁਗਤ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਿੰਘ ਸਿੰਘਣੀਆਂ ਭਜੰਗੀ ਭਜੰਗੜਾ ਦੀਆਂ ਬੰਦ ਖਲਾਸੀਆਂ ਕਰਾਓ ਘੋਮ ਰਾਜ ਭਾਗ ਦੀ ਦਾਤ ਬਖਸ਼ ਕੇ ਨਿਹਾਲ ਕਰੋ ਹੁਣ ਕਿਰਪਾ ਕਰੋ ਆਗਿਆ ਬਖਸ਼ਿਸ਼ ਕਰੋ ਅਖਾੜੇ ਆਰੰਭ ਕਰਨ ਦੀ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਖੀ ਰਹਿ ਨਾ ਕੋਈ ਖੁਆਰ ਹੋਏ ਸਭ ਮਿਲਣਗੇ ਬਚੇ ਚਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਅਮਰੀ ਰਚਿਆ ਕਰੇ ਗੁਰ ਕਲਗੀ ਧਰਮ ਸੋ ਅਮਰੀ ਰਚਿਆ ਕਰੇ ਗੁਰ ਕਲਗੀ ਧਰਮ ਖੁਸ਼ੀਆਂ ਦੇ ਜਕਾਰੇ ਵਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਚਰਨ ਨੂੰ ਭਾਵੇ ਸੰਗਤਾਂ ਲਾਹਾਂ ਲੈ ਸਕਣਗੀਆਂ। ਹਾਂਜੀ ਅਰਦਾਸ ਸ਼ੁਰੂ ਹੋ ਚੁੱਕੀ ਆ।
कैलिफोर्निया गतका दल इस वे बच्चे कंप्रीत कौर जी स्टॉक की धरती तो वो नमस्कार कर रही हैं। चलो जी, हाँ जी। तो दूजे पास बाबा बलजीत सिंह जी बंबई को बेनती आ जिते बार सुनते हो पहुंच महताब सिंह जी महताब सिंह जी इस वे वो नमस्कार कर रहा गज के बुला बजा लो जावे सत श्री महताब सिंह जी इस वे दूजे पास रणवीर सिंह जी पिछे रहना आप गतके बेनती है पिछे रहना चल बी जा जाप हाँ चेता ही भुल गया कहते नमस्कार पिछों भी करनी है बिल्कुल निके निके बच्चे जाप सिंह जी समाज की कृपा इतने गुरु साहब बड़ी कृपा कर बच्चों चल बी रिपतापन है जप जापन है हाँ घरद ने ना रखे जाप साहब के रिपतापन है हाँ रिपतापन सिंह जी इस वे और नमस्कार कर रहे हैं चल बी महाराज कृपा कर सो सो गुरु गोबिंद महाराज सच्चे पातशाह तीन बेदियों ने गुल विखे प्रगटे नानक राय सब सिख को सुख दे यह ते पाए सहाए हेमंत सिंह जी हाँ वो इस वे बाबा मखण सिंह बीबी सुरिंदर कौर का पोता नमस्कार रहा कर रहा भाई बलदेव सिंह पुत्र चल बी हाँ सो तनवीर सिंह टोल साहब पिछे रहना इतना नहीं होगा कि आप गांह आई चलिए छोटे बच्चे मुड़ जाए बड़े पिछे रहन ता करके समय भी पूरा लाहा लै सके हाँ जी सो चल बी हाँ सो चल बी सो इस वे बारी कृपा ना सो गुरु जी सच्चे पातशाह चल बी सुखा सिंह जी आ गए सुखा सिंह जी वो इस पर नमस्कार कर रहे हैं महाराज साहब जी का 1469 महाराज ने अवतार धारण किया सतगुर नानक प्रगटिया मिट्टी धुंद जग चानन होवा जो कर सूरज निकलिया तारे छपे अंधेर पलवा कमर कसे कसके रखो अपने हाँ सिमरन सिंह जी आ गए सिमरन सिंह जी महाराज साहब जी के बाबा कल्याण दास जी महाराज के पिता माता तृप्ता जी महाराज के धन धन माता तृप्ता जी महाराज माता महाराज अवतार श्री ननकाणा साहब पंजाब पाकिस्तान लाहौर उत्थे जो वंड हुई साडा खालसा जी उत्थे रह गया सातों बाबा खोलिया तेरा ननकाणा हाँ जगराज सिंह जी हाँ खतरे काम नूं जगराज सिंह के दादा जी शहीद भाई हरपाल सिंह जी वड़ेंग उन्होंने दूजा भरा मगर आ गया बघेल सिंह हाँ बघेल सिंह जी खालसा जी हाँ नहीं रीसा थोड़िया चल बघेल सिंह खत काम नूं हाँ इस वे बघेल सिंह जी ये सारे बच्चे इतने मंटीके देगा इतने खालसा जी हरेक शनिवार गटके की क्लास लगती 11 बजे चल बी हाँ बलतेज सिंह जी आ गया और इस वे नमस्कार समारा साहब जी का अवतार दिहाड़ा संगत बड़ी धूमधाम के नाम किदा खालसा जी महापुरुषों ने जंगल च मंगल लाए 2001 के बच्चे स्थान हौली हौली इतने लागे कोई घर नहीं सन खालसा जी अब वेखो कि महाराज रौनक दया सिंह जी भाई अकबाल सिंह बीबी जसवंत कौर का सपुत्र खिंच ले काम दया लड़ी थान गया दया सिंह जी खालसा जी मारी 360 वाले साल हाँ दया सिंह कोई गल एक खालसा जी आहा चल बी ये कौन आ गया ये खालसा जी ये भी दया आ गया मगर दया होर आई ये भाई सरवण सिंह तिना का सपुत्र दया सिंह जी हाँ चलो जी सो महाराज कृपा कर रणवीर सिंह जी आज निका जा चंगी फिजना तो आया खालसा जी फिजना की धरती तो भाई बलजीत सिंह जी बड़े तगड़े गज के लावे ना लो जावे तुरे नहीं सन तेरिया फिजना की धरती तो भाई बलजीत सिंह जी बीबी रविंदर कौर का सपुत्र हाँ और खालसा जी इस वे जंगी पहनते नमस्कार कर रहे भाई जसप्रीत सिंह जी कैलिफोर्निया गतका दल दे सो अपने उस्ताद इस मंडीके के बच्चे ही खालसा जी जिते पढ़ाया चल बी गुरजंत सिंह तो गुरशांत सिंह दोनों जने खालसा जी दोनों ने मारिया छालियां दो वीर सतगुरां दे जो भी दे के थापड़ा तोरे किदा खालसा जी दो जाने दियां जोड़ियां किदा खालसा जी गुरु के लाल सो भाई सुखा सिंह महताब सिंह भाई हरजिंदर सिंह जिंदा भाई सुखदेव सिंह जी सुखा किदा खालसा जी गुरु के लाला ने हाँ साडा वीर हाँ एक शब्द सिंह जी ये भी इसे मंडी के रेंदे एक शब्द सिंह जी इस वे सो करणवीर सिंह जी आहा चंगी करणवीर सिंह जी और नमस्कार कर रहे हाँ करणवीर सिंह जी करणवीर सिंह जी सो वो इस वे नमस्कार कर रहे महाराज दिया खुशियां लै रहा बाज सिंह बाज उठन लगा
शाहबाज सिंह सो इस वेले शाहबाज सिंह वो इस वेले गुरु महाराज की कृपा वो नमस्कार कर रहे हैं पैंतरे कढ़ रहे हैं ये शस्त्र जड़े है ना एक पहला नारा आप कहने बोले सोनिहाल सत श्री अकाल ये सत श्री अकाल गुरु नानक साहब ने बख्शिश किया गुरबार अकाल सत श्री अकाल सत श्री अकाल आ सत अकाल पुरख जोड़ा सच्चा नाम आ बाकी सब झूठ है आदि सच जुगाद सच है भी सच नानक होसी भी सच और फ्यूचर के भी रहूगा उन्होंने कोई मिटा नहीं सकता वो गिट कई चरणों की बेनती पिछे रहना पर सो सारे का गब्बा साहब जी साढ़े कैमरामैन उन्हों का धन्यवाद जसकीरत कौर वो इस वे नमस्कार कर रही है पैंतड़े चल बी तेगवीर सिंह जी तेगवीर सिंह जी सो वो खालसा जी इस वे महाराज कृपा कर सो बहुत परिवार सारा ही भाई मनजीत सिंह जी सो इस तरह भाई संदीप सिंह जी जैंटी सिख यूथ ऑफ अमेरिका सो जेने उसे सैन फ्रांसिस्को भी उधर खालसा जी भाई जगतार सिंह जरा जगी डॉल आहाई वास्ते भी आप पटिशन सैन की जा रही सन इंग्लैंड की एम्बैसी के मोहरे भी मेमोरेंडम दिते आ चल बी आकाशदीप सिंह हाँ वो इस वे भाई सतबीर सिंह जी उन्होंने सपुत्र साढ़े अति सरकार जो सिख रेफरेंस लाइब्रेरी के डायरेक्टर भाजी सतप्रीत सिंह वो भी साढ़े महाराज की कृपा दर्शन हो रहे हैं तो जिते रणजीत नेता वर्गियां जथेबंदियां तैयार करके उन्होंने पंजाब पाकिस्तान के बहुत महान सेवावान माता साहब कौर जी का जन्म स्थान इस तरह गुरद्वारा चोहा साहब हाँ सहदीप सिंह सहदीप सिंह पिछे सहदीप सिंह हाँ वो इस वे नमस्कार कर रहे हैं सो महाराज कृपा करे जिन्ना टाइम महाराज सत्ते पातशाह जी सो पालकी साहब के बाद विराजमान होंगे उन्ना टाइम आप इतने खाला लताब सिंह जी लताब सिंह जी इस वे वो नमस्कार सो इतने मंडीके ही रेंदे अमिताभ सिंह जी भी सो खालसा जी महाराज साहब जी ने किदा चोध किए बालक अवस्था के किस तरह महाराज उत्ते सप ने छां कर देनी महाराज साहब अपनी बिरती अकाल पुरख के लीन रेंदे एक दिन महाराज लीन सन तो महाराज अपनिया मझा गाइया चरण गाए तो महाराज अवस्था च लीन हो गए वो मझा गाइया ने गुरमुख सिंह जी पैंतरा मार रहे वो मझा गाइया ने की किया नालदियां का खेत खा लिया हरा जिहड़ा सी वो छक गई सब उन्हों का मालक आया उन्हें वेख्या यार आ बालक जिहड़ा आ ये बैठा जसकरण सिंह जी उन्हें आके बालक नूं कहा बालक तैनूं पता नहीं लगा महाराज नूं मारा चंगा महाराज कहिंदे वेख ये जिहड़ी ये तेरी जमीन आ ये हरिया आ इहने दुबारा फिर हरा भरा हो जाणा वो कहिंदा नहीं मेरा नुकसान होया तुसीं डैमेज कीती मेरी प्रॉपर्टी मैनूं उहदा उहदी उहदी मैनूं चाहीदा जगराज सिंह मैदान च आ गया खालसा जी राय बुलार होया धन बाबा राय बुलार जी धन बाबा राय बुलार जी होए जगराज सिंह जी मैदरा महाराज ने उन्हों को गल गई राय बुलार जी होए कट्ठे वो पहले सिख हुए जिन्हों की महाराज से शरदा इतने ही भाई सतप्रीत सिंह जी बाबा राय बुलार जी जिन्होंने पिता बाबा कल्याण दास जी कहता है कि जो ये अकाल पुरख का रूप करते बहादुरप्रीत सिंह इन्हों कुछ कहना नहीं खालसा जी पंचायत कट्ठी हुई और जिमीदार कह लगा मेरा खेत उजाड़ के रखता राय बुलार जी उतों के चौधरी सन उन्होंने अपने दो बंदे भेजे जाओ वेख के आओ खेत का नुकसान किन्ना होया खेत का नुकसान किन्ना होया खालसा जी वो वेखन गए दो जाने मोगम सिंह आ गया मोगम सिंह जी इस वे पैंतरा मारा ने बाबा बलजीत सिंह जी बंबा साहब बंबा जी गवाही सांभो नाल श्रीमान जी खड़े बड़े बाबा जी मोहकम सिंह जी चल बी हाँ खिच दे काम नू भाई सुलखण सिंह बीबी गुरदेव कौर का सपुत्र सो वो इस वे ब्रदर इन लाभ नहीं लगता नमस्कार कर रहा खिच काम नू हाँ दूजे पासे कौन आ गया सो अपने स्टॉकटन की धरती तो सो मनवीर सिंह जी आ गया उन्होंने माता श्री जी खड़े आ उन्होंने फादर साहब बड़ी कृपा सतगुरु साहब श्री गुरु ग्रंथ साहब जी के ब्रंथ स्वरूपों की सेवा करते जो तो दो जने वेखण गए की वेख्या वो हरा उत्थे तो लहरा बहरा होनी पे तो कुछ इदा लगे भी एक चीज भी है कुछ ने नहीं छकी सवराइया साहब आ गए आहा सवराइया भाई सिमरन सिंह सवराइया इस वे पता नहीं लग रहा सो अकाली बाणा पा के खालसा बबर खालसा इंटरनेशनल आहा
ਐਸ ਵੇਲੇ ਕਾਲਾ ਬਾਣਾ ਪਾ ਕੇ ਉਹ ਐਸ ਵੇਲੇ ਮੈਦਾਨ ਚ ਤਾਲਾ ਦਵਾਲਾ ਸਜਾ ਕੇ ਭਾਈ ਕੁਲਦੀਪ ਸਿੰਘ ਦਾ ਸੁਣਾਇਆ ਸਪੁੱਤਰ ਉਹ ਮੈਦਾਨ ਚ ਪੈਂਤਰਾ ਮਾਰ ਰਿਹਾ। ਉਹ ਜਦੋਂ ਵਾਪਸ ਆਏ ਉਹ ਕਹਿੰਦੇ ਰਾਏ ਬਲਾਰ ਜੀ ਅਸੀਂ ਹਰਾ ਵੇਖ ਕੇ ਆਏ ਉੱਥੇ ਤਾਂ ਕੁਝ ਡੈਮੇਜ ਨਹੀਂ ਹੋਇਆ ਇਹ ਝੂਠ ਬੋਲ ਰਿਹਾ। ਉਹ ਕਹਿੰਦਾ ਨਹੀਂ ਮੈਂ ਸੱਚ ਬੋਲ ਰਿਹਾ ਮਹਾਰਾਜ ਮੇਰਾ ਹਰਾ ਖਾ ਲਿਆ ਸੀ ਗਾਈਆਂ ਨੇ ਪਰ ਕਹਿੰਦਾ ਬਾਲਕ ਚ ਸ਼ਕਤੀ ਆ ਇਹ ਬਾਲਕ ਨੇ ਕਿਹਾ ਸੀ ਇਹ ਦੁਬਾਰਾ ਫਿਰ ਹਰਿਆ ਭਰਾ ਹੋ ਜਾਣਾ ਤੇ ਉਹਦੇ ਕਾਲ ਪੁਰਖ ਦਾ ਰੂਪ। ਉਹ ਵਿੱਚ ਆਪਾਂ ਸਾਡੇ ਗੁਰਤਾਰ ਸਿੰਘ ਦੀ ਸਟਾਂਕਣ ਦੀ ਧਰਤੀ ਜੋ ਅੱਜ ਦੀ ਸਰਕਾਰ ਜੋ ਗੁਰੂ ਘਰ ਦੇ ਹਜ਼ੂਰੀ ਲੱਗੀ ਭਾਈ ਸਾਹਿਬ ਭਾਈ ਚਲੋ ਭੁਪਿੰਦਰ ਸਿੰਘ ਦੀ ਲੋਕੋ ਬਾਬਾ ਬੱਜਣ ਬਾਬਾ ਤੇਰੀਆਂ ਵਿੱਚ ਬਗਦਾਦ ਸ਼ਹਿਰ ਦੇ ਬਾਬਾ ਜੀ ਆ ਜਾਓ ਕਰ ਦਿਓ ਕਿਰਪਾ ਜੀ। ਚੱਲ ਭਾਈ ਤਰਨਦੀਪ ਸਿੰਘ ਜੀ ਤਰਨਦੀਪ ਸਿੰਘ ਜੀ ਉਹ ਪੈਂਤਰਾ ਮਾਰ ਰਹੇ ਆ ਬਾਬਾ ਬਲਦੀਪ ਸਿੰਘ ਜੀ ਤੁਸੀਂ ਵੀ ਮਾਰੋ ਪੈ ਨਹੀਂ ਬਾਬਾ ਜੀ ਕਮਰ ਕਿਸੇ ਖੁੱਲ ਗਿਆ। ਹਾਂ ਬਾਬਾ ਬੱਜਣ ਬਾਬਾ ਤੇਰੀਆਂ ਵਿੱਚ ਬਗਦਾਦ ਸ਼ਹਿਰ ਦੇ ਚੱਲ ਭਾਈ ਬਾਦ ਸਿੰਘ ਜੀ ਇਹ ਨੌਜਵਾਨ ਵਿੱਚ ਰਹਿ ਕੇ ਬਾਬਾ ਬਲਜੀਤ ਸਿੰਘ ਦੀ ਬੰਬਾ ਵੀ ਸਿਖਲਾਈ ਦਿੰਦੇ ਰਹੇ ਤੇ ਪਰ 2000 ਜਦੋਂ ਦਾ ਸਥਾਨ 5-6 ਤੋਂ ਹੀ ਬਾਬਾ ਜਸਪ੍ਰੀਤ ਸਿੰਘ ਜੀ ਇਸ ਸਥਾਨ ਤੇ ਆ ਕੇ ਉਹਨਾਂ ਨੇ ਬੜਾ ਗੱਜ ਕੇ ਜੀ ਇੱਥੋਂ ਸਾਰੇ ਅਸੀਂ ਸਾਰੇ ਇਹਨਾਂ ਦੇ ਵਿਦਿਆਰਥੀ ਹਾਂ ਦਸਵੀਂ ਦਾ ਵਿਦਿਆਰਥੀ ਹਾਂ। ਫਿਰ ਸਮਾਂ ਪੈ ਕੇ ਦਲ ਪੰਥ ਵਿਚਰਦਾ ਰਿਹਾ ਤੇ ਖਾਲਸਾ ਜੀ ਇੱਥੇ ਸਾਰੇ ਆ ਜਿੰਨੇ ਨੌਜਵਾਨ ਆ ਇੱਥੇ ਗੱਜ ਕੇ ਜੀ ਸਿਖਲਾਈ ਨਾਲ ਦਿੰਦੇ ਆ ਸੋ ਗੱਜ ਕੇ ਬੁਲਾਵੇ ਨਾਲ ਹੋ ਜਾਵੇ। ਬਾਬਾ ਬਲਜੀਤ ਸਿੰਘ ਜੀ ਬੰਬਾ ਜੀ ਉਹ ਵੀ ਖਾਲਸਾ ਦੀ ਪਿਛਲੇ ਸਾਲ ਇੱਥੇ ਬਹੁਤ ਉਹਨਾਂ ਨੇ ਇੱਥੋਂ ਦੇ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਦਿੱਤੀ ਸੋ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਹੀ ਕਰਦੇ ਹਾਂ। ਹਾਂ ਓਕੇ ਪਿੱਛੇ ਰਹਿਣਾ ਆਪਾਂ ਹੋਰ ਮਾੜਾ ਪਿੱਛੇ ਗੁਰਜਨ ਸਿੰਘ ਜੀ ਆ ਜਾਓ ਮਾਰਨਾ ਪੈਂਦਰਾ ਮਾਰਨਾ। ਹਾਂ ਬਾਬਾ ਸੁਣੇ ਭਾਈ ਜਸਪ੍ਰੀਤ ਸਿੰਘ ਜੀ ਕੈਲਾਫੋਰਨੀਆ ਗੱਤਕੇ ਦਲ ਦੇ ਸੀਨੀਅਰ ਜਥੇਦਾਰ ਸੋ ਉਹ ਇਸ ਵੇਲੇ ਨਮਸਕਾਰ ਕਰ ਰਹੇ ਨੇ ਗੱਤਕੇ ਬੁਲਾਵੇ ਨਾਲ ਹੋ ਜਾਵੇ। ਹਾਂਜੀ ਇਸ ਵੇਲੇ ਹਾਂ ਜਿੱਥੇ ਖੜ ਗਏ ਆਪਾਂ ਇੱਥੇ ਖੜ ਜਾਣਾ ਇਹਨੂੰ ਗਾਂਹ ਨਹੀਂ ਆਉਣਾ ਨਹੀਂ ਤਾਂ ਚੋਲੇ ਤੁਹਾਡੇ ਸੂਟ ਡੈਮੇਜ ਹੋ ਗਿਆ ਆਲਾ ਵੱਜ ਗਿਆ ਤੇ ਸਾਨੂੰ ਨਾ ਕਿਹੋ। ਹਾਂਜੀ ਤੁਹਾਰਾ ਸਾਹਿਬ ਜੀ ਦਾ ਆਪਾਂ 553ਵਾਂ ਅਵਤਾਰ ਦਿਹਾੜਾ ਮਨਾ ਰਹੇ ਪਰ ਵੀਰਿਓ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਧਰਤੀ ਦੇ ਗਿਆ ਦੁਬਈ ਤੋਂ ਗਿਆ ਉਹ ਹੋਕਾ ਦੇ ਰਿਹਾ ਕਹਿੰਦਾ ਪੀਵੋ ਪਹੁਲ ਖੰਡਧਾਰ ਹੋਏ ਜਨਮ ਸੁਰੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਆਪਾਂ ਵੀ ਅੱਜ ਇੱਥੇ ਜੇ ਮੈਂ ਇੱਥੇ ਬੋਲ ਰਿਹਾ ਹਾਂ ਤੇ ਮੈਨੂੰ ਵੀ ਚਾਹੀਦਾ ਇੱਥੋਂ ਮੈਂ ਗੁਣ ਧਾਰਨ ਕਰਕੇ ਜਾਵਾਂ। ਹਾਂਜੀ ਕਿਰਪਾ ਕਰੇ ਮਹਾਰਾਜ ਤੇ ਆਪ ਜੀ ਸਾਰਿਆਂ ਨੂੰ ਬੇਨਤੀ ਆਪਾਂ ਕੇਸ ਜ਼ਰਾ ਰੱਖੀਏ ਮੇਰੀਆਂ ਬੀਬੀਆਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਬੇਨਤੀ ਆ ਆਪਣੇ ਬੱਚਿਆਂ ਦੇ ਊੜਾ ਤੇ ਜੂੜਾ। ਚੜ੍ਹਦੀ ਕਲਾ ਟਾਈਮਸ ਟੀਵੀ ਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਭਾਈ ਸਾਹਿਬ ਭਾਈ ਪਰਵਿੰਦਰ ਸਿੰਘ ਸ਼ਾਹੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕੈਮਰਾਮੈਨ ਜਿੰਨੇ ਵੀ ਆਏ ਆ ਨਾਲ ਟੀਮ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਮਹਤਾਬ ਸਿੰਘ ਜੀ ਚੱਲ ਰਹੇ ਮਹਤਾਬ ਸਿੰਘ ਜੀ ਹਾਂ ਤੀਰ ਤੁਸੀਂ ਸੈਤੀ ਤੁਸੀਂ ਤੁਸੀਂ ਤਬਰ ਤਲਵਾਰ ਨਾਮ ਤਿਹਾਰੋ ਜੋਤ ਕਬੈ ਭੈ ਸਿੰਧ ਪਵ ਬੀਬੀ ਗੁਰਜੀਤ ਕੌਰ ਦਾ ਪੁੱਤਰ ਉਹ ਮੈਦਾਨ ਚ ਭਾਈ ਅਵਤਾਰ ਸਿੰਘ ਬੀਬੀ ਨਰਿੰਦਰ ਕੌਰ ਦਾ ਪੁੱਤ ਮੈਦਾਨ ਖਜਰੇ ਕਰ ਦਇਆ ਕੀ ਕਰਦਾ ਦਇਆ ਸਿੰਘ ਜੀ ਦਇਆ ਨੇ ਮਾਰਿਆ ਬਾਤ ਦਇਆ ਸਿੰਘ ਇਸ ਵੇਲੇ ਭਾਈ ਗੁਰਬਾਰ ਸਿੰਘ ਦਾ ਪੁੱਤਰ ਉਹ ਖੇਸਰੀ ਜੰਗ ਜੀ ਦਸਤਾਰ ਸਜਾ ਕੇ ਵਾ ਉਹ ਦੁਨੀਆਂ ਦੇ ਮਾਲਕ ਆ ਤੂੰ ਵੱਖਰਾ ਧਰਮ ਚਲਾ ਦਿੱਤਾ ਪਰ ਪਾਣੀ ਵਿੱਚ ਗੁਰਬਾਣੀ ਦਾ ਰਸ ਤੂੰ ਉਸਨੂੰ ਅੰਮ੍ਰਿਤ ਬਣਾ ਦਿੱਤਾ ਕੰਬਦੇ ਪਏ ਸੀ ਜੋ ਲੋਕ ਚਿੜੀਆਂ ਵਾਂਗ ਅੰਮ੍ਰਿਤ ਛਕਾ ਕੇ ਸ਼ੇਰ ਬਣਾ ਦਿੱਤਾ ਇੱਥੇ ਇੱਕ ਨੇ ਕੋਈ ਵਾਰਦਾ ਕਿਸੇ ਦੀ ਖਾਤਰ ਤੂੰ ਸਾਰਾ ਸਰਬੰਸ ਹੀ ਕੌਮ ਦੇ ਲਾਲ ਲੇਖੇ ਲਾ ਦਿੱਤਾ ਵਾ ਉਹ ਦੁਨੀਆਂ ਦੇ ਮਾਲਕਾ ਤੂੰ ਵੱਖਰਾ ਧਰਮ ਚਲਾ ਦਿੱਤਾ। ਭਾਈ ਸਾਹਿਬ ਭਾਈ ਹਰਦਿਆਰ ਸਿੰਘ ਦਾ ਪੁੱਤਰ ਖੰਡਾ ਲੈ ਕੇ ਮੈਦਾਨ ਚੱਲ ਵੇ ਹਿਮੰਤ ਸਿੰਘ ਜੀ ਮੈਦਾਨ 'ਚ ਆ ਗਏ ਨਾਨਾ ਜੀ ਵੀ ਆਏ ਉਹਨਾਂ ਦੇ ਹਿਮੰਤ ਸਿੰਘ ਦੇ ਕੈਨੇਡਾ ਦੀ ਧਰਤੀ ਤੋਂ ਨਾਨੀ ਜੀ ਵੀ ਆਏ ਆ ਸਾਰਾ ਪਰਿਵਾਰ ਚੱਲ ਵੇ ਹਿਮੰਤ ਸਿੰਘ ਜੀ ਸੋ ਇਸ ਵੇਲੇ ਭਾਈ ਬਲਦੇਵ ਸਿੰਘ ਬੀਬੀ ਤੇਜਿੰਦਰ ਕੌਰ ਦਾ ਪੁੱਤਰ ਲੈ ਕੇ ਸ੍ਰੀ ਸਾਹਿਬ ਮੈਦਾਨ 'ਚ ਖਾਲਸਾ ਜੀ ਹਾਂ ਸਤਿਗੁਰੂ ਸਾਹਿਬ ਜੀ ਨੇ ਚੋਜ ਕੀਤੇ ਪਹਿਲੇ ਜਾਮੇ 'ਚ ਕਿਹੜੇ ਚੋਜ ਛੇਵੇਂ ਜਾਮੇ 'ਚ ਕਿਹੜੇ ਚੋਜ ਤੇ ਦਸਵੇਂ ਜਾਮੇ 'ਚ ਕਿਹੜੇ ਜੋਜ ਜੋਤ ਉਹੀ ਚੱਲੀ ਗਈ। ਹਾਂ ਹਾਂ ਰਣਵੀਰ ਸਿੰਘ
ਮੇਰੀ ਸਾਥੀਆਂ ਵੇਖ ਇਸ ਵੇਲੇ ਕਿੱਦਾਂ ਖਾਲਸਾ ਜੀ ਖੱਬੇ ਹੱਥ ਦੇ ਨਾਲ ਓਹੋ ਸੱਜੇ ਹੱਥ ਦੇ ਨਾਲ ਮਿਆਨ ਫੜਿਆ ਖੱਬੇ ਹੱਥ ਦੇ ਨਾਲ ਫਾ ਕੇ ਖਾਲਸੇ ਦੇ ਮੁੱਠੇ ਨੂੰ ਹੱਥ ਮੇਰੀ ਸਾਥੀਆਂ ਉਧਰ ਖਾਲਸਾ ਜੀ ਇਸ ਵੇਲੇ ਸੋ ਮਹਿਤਾਬ ਸਿੰਘ ਮਹਿਤਾਬ ਸਿੰਘ ਸੀਰੀਅਸ ਕੈਲੀਫੋਰਨੀਆ ਤੋਂ ਭਾਈ ਹਰਜੀਤ ਸਿੰਘ ਜੀ ਉਹਨਾਂ ਦਾ ਭਚੰਗੀ ਇਸ ਵੇਲੇ ਖਿੱਚ ਦੇ ਕੰਮ ਨੂੰ ਗੱਜ ਕੇ ਬੁਲਾਵੇ ਨਾਲ ਮਾਰਸ਼ਾਲਾ ਕੀ ਜੰਗੀ ਸਾਲ ਬੋਲੇ ਸੋ ਨਿਹਾ ਚੱਲ ਬਈ ਹਾਂ ਖਿੱਚ ਕੰਮ ਨੂੰ ਕੌਣ ਆ ਗਿਆ ਸੋ ਬਘੇਲ ਸਿੰਘ ਆ ਗਿਆ ਬਾਬਾ ਬਘੇਲ ਸਿੰਘ ਭਾਈ ਕੁਲਵੀਰ ਸਿੰਘ ਸੋ ਤਿੰਨਾਂ ਦਾ ਸਪੁੱਤਰ ਭਾਈ ਹਰਦੇਵ ਸਿੰਘ ਦਾ ਪੁੱਤ ਆਉਂਦਾ ਖਿੱਚ ਦੇ ਕੰਮ ਨੂੰ ਸੋ ਬਘੇਲ ਸਿੰਘ ਨਾਂ ਰੱਖਿਆ ਦਿੱਲੀ 18 ਵਾਰ ਬਾਬਾ ਬਘੇਲ ਸਿੰਘ ਨੇ ਫਤਿਹ ਕੀਤੀ ਬਾਬਾ ਬਘੇਲ ਸਿੰਘ ਜੀ ਹਾਂ ਦਇਆ ਸਿੰਘ ਜੀ ਦਇਆ ਸਿੰਘ ਇਸ ਵੇਲੇ ਮੈਦਾਨ 'ਚ ਸੋ ਤੇ ਭਰਿਓ ਗਰੀਬ ਨਵਾਜ ਸ਼ਸਤਰਨ ਕੇ ਅਧੀਨ ਹੈ ਰਾਜ ਤੁਨੰਗ ਸੰਗ ਸਾਰੇ ਪ੍ਰਭੂ ਜੀ ਸੁਣਾਈ ਬਿਨਾਂ ਤੇਗ ਤੀਰ ਰਹ ਨਾ ਹੈ ਭਾਈ ਬਿਨਾਂ ਸ਼ਸਤਰ ਕੇਸ਼ਨ ਨਰੰਗ ਭੇਡ ਜਾਨੋ ਗਹ ਕਾਨ ਤਾਕੋ ਕਿਤੇ ਲੈ ਸੁਦਾਨੋ ਇਹ ਹੈ ਮੋਰ ਆਗਿਆ ਸੁਣੋ ਸਿੱਖ ਪਿਆਰੇ ਬਿਨਾਂ ਤੇਗ ਕੇਸ਼ਨ ਨਾ ਦੇਮੋ ਦਿਦਾਰੇ ਚੱਲ ਗਰਜੰਟ ਸੁੱਖਾ ਸਿੰਘ ਵੀ ਜੋਰ ਰੋਹਾਂ ਗਏ ਗਰਜੰਟ ਸਿੰਘ ਜੀ ਇਸ ਵੇਲੇ ਮਹਾਰਾਜ ਖੱਜ ਦੇ ਕੰਮ ਨੂੰ ਬਾਬਾ ਮੱਖਣ ਸਿੰਘ ਬੀਬੀ ਸੁਰਿੰਦਰ ਕੌਰ ਦਾ ਪੋਤਾ ਬੀਬੀ ਸੰਦੀਪ ਕੌਰ ਜੀ ਖੜਿਆ ਮੈਦਾਨ ਉਹਨਾਂ ਦਾ ਸੁੱਤਰ ਇਸ ਵੇਲੇ ਮਹਾਰਾਜ ਖੱਜ ਕੰਮ ਨੂੰ ਸੋ ਇਸ ਵੇਲੇ ਡਾਂਗ ਲੈ ਕੇ ਗੁਰਜੰਟ ਸਿੰਘ ਜੀ ਮਹਾਰਾਜ ਦੀ ਕਿਰਪਾ ਦਾ ਜੋਰ ਵਿਖਾ ਰਹੇ ਨੇ ਹਾਂ ਚੱਲ ਬਈ ਸਾਡੀ ਇਸ ਵੇਲੇ ਭੈਣ ਸੋ ਖਾਲਸਾ ਦੀ ਸੋ ਸਟਾਕਟਨ ਦੀ ਧਰਤੀ ਤੋਂ ਸਟਾਕਟਨ ਦੀ ਧਰਤੀ ਤੋਂ ਉਹ ਲੈ ਕੇ ਮਰੱਠੀ ਸ੍ਰੀਮਾਨ ਜੀ ਬਾਬਾ ਪਾਲ ਸਿੰਘ ਜੀ ਇੱਕ ਮਿੰਟ ਅਲੇ ਬਾਬੇ ਜੀ ਇੱਕ ਮਿੰਟ ਮਾੜਾ ਓਏ ਚਲੋ ਕੋਈ ਨਹੀਂ ਜਾਣ ਦੇ ਜਾਪ ਸਿੰਘ ਤੇਰੇ ਪਤਾਪਨ ਹੈ ਜਪ ਜਾਪਨ ਹੈ ਹਾਂ ਇਹ ਦੋਨੇ ਜਾਣੇ ਸ੍ਰੀ ਸਭਾ ਲੈ ਕੇ ਮੈਦਾਨ 'ਚ ਉਹਨਾਂ ਦੇ ਜਾਪ ਸਿੰਘ ਦੇ ਦਾਦੀ ਜੀ ਵੀ ਖੜੇ ਆ ਹਾਂ ਤੇਰਾ ਪਰਿਵਾਰ ਹੀ ਗੁਰਸਿੱਖ ਬਹੁਤ ਸੇਵਾ ਗੁਰੂ ਘਰ ਵਿਖੇ ਕਰਦੇ ਆ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਹਾਂ ਇਸ ਵੇਲੇ ਬਾਬਾ ਜੀ ਨੇ ਪੈਦਰਾ ਮਾਰਨਾ ਬਾਬੂ ਪਾਲ ਸਿੰਘ ਜੀ ਪੈਦਰਾ ਮਾਰਨਗੇ ਬੇਨਤੀ ਆ ਉਹ ਬਹਾਦਰ ਬਹਾਦਰ ਸਿੰਘ ਡੇਟ ਬਾਬੂ ਪਾਲ ਸਿੰਘ ਜੀ ਪੈਦਰਾ ਮਾਰਨਗੇ ਹਾਂਜੀ ਸ਼੍ਰੀਮਾਨ ਬਾਪੂ ਪਾਲ ਸਿੰਘ ਜੀ ਸਾਡੇ ਉਸਤਾਦ ਸਾਡੇ ਅਖਾੜੇ ਦੇ ਸਭ ਤੋਂ ਸੀਨੀਅਰ ਗੱਜ ਕੇ ਬੁਲਾਵੇ ਨੇ ਹਲੋ ਜਾਵੇ ਕਿ ਦਰਸ਼ਕਾਂ ਦੇ ਮਨ ਨੂੰ ਭਾਵੇ ਲੱਖਾਂ ਬਾਪੂ ਜੀ ਗੁਰਮੁਖ ਪਿਆਰੇ ਆ ਵਡੇਰੀ ਉਮਰ ਪਰ ਵੇਖਿਓ ਉਹਨਾਂ ਦੀਆਂ ਮਰੱਠੀਆਂ ਘੁੰਮਦੀਆਂ ਨੌਜਵਾਨ ਵੀ ਨਹੀਂ ਕੋਈ ਘੁਮਾ ਸਕਦਾ ਖਾਲਸਾ ਜੀ ਬਾਬਾ ਜੀ ਨੇ ਇਸ ਵੇਲੇ ਸੋ ਸਭ ਤੋਂ ਪਹਿਲਾਂ ਸ਼ਸਤਰ ਨਮਸਕਾਰ ਕਰਕੇ ਸੋ ਖਾਲਸਾ ਜੀ ਉਹਨਾਂ ਨੂੰ ਸਲਾਮੀ ਦਿੱਤੀ ਆ ਸੋ ਬਾਬਾ ਜੀ ਹੌਲੀ ਹੌਲੀ ਵਰਮਾ ਫੋਰ ਨੇ ਚੱਲ ਬਈ ਮਾਂ ਬਹਾਦਰ ਸਿੰਘ ਜੀ ਚਲੋ ਸਾਂਝੋ ਸਾਂਝੋ ਕਮਾਂਡ ਚੱਲ ਬਈ ਮਹਿਤਾਬ ਸਿੰਘ ਤੇ ਬਘੇਲ ਸਿੰਘ ਬਘੇਲ ਸਿੰਘ ਤੇ ਮਹਿਤਾਬ ਸਿੰਘ ਜੀ ਆਹਮੋ ਸਾਹਮਣੇ ਇਸ ਵੇਲੇ ਖਾਲਸਾ ਜੀ ਸੋ ਦੋਨੇ ਜਾਣੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਗੱਜ ਕੇ ਬੁਲਾਵੇ ਨੇ ਹਲੋ ਜਾਵੇ ਬੋਲੇ ਸੋ ਨਿਹਾ ਦਇਆ ਸਿੰਘ ਜੀ ਆ ਗਏ ਦਇਆ ਸਿੰਘ ਜੀ ਉਹ ਮੈਦਾਨ 'ਚ ਅੱਜ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਠਾਕਰ ਸਿੰਘ ਜੀ ਮੁਖੀ ਦਮਦ ਵੀ ਟਕਸਾਲ ਕਾਰਜਕਾਰੀ 20 ਸਾਲ ਸੇਵਾ ਕੀਤੀ ਤਿਨਾਂ ਦੇ ਅਸਥਾਨ ਤੇ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁੱਖ ਦੇ ਯਹ ਤੇ ਪਏ ਸਹਾਏ ਉਹਨਾਂ ਦਾ ਮਨ ਦਾ ਅਵਤਾਰ ਦਿਹਾੜਾ ਸੋ ਗਤਕਈਆਂ ਨੂੰ ਬੇਨਤੀ ਆ ਕੁਝ ਗੋਦਰ ਹੋ ਜਾਓ ਕੁਝ ਗੋਦਰ ਹੋ ਜਾਓ ਪਰ ਆਪਾਂ ਅਖਾੜਾ ਇੰਨਾ ਭੀੜਾ ਨਹੀਂ ਕਰਨਾ ਕਿ ਸੰਗਤ ਲਾਹਾ ਨਾ ਲੈ ਸਕੇ ਦੋ ਕਟਾਰਾ ਲੈ ਕੇ ਸਿਮਰਨਦੀਪ ਸਿੰਘ ਜੀ ਸਵਰਾਈਆ ਮੈਦਾਨ 'ਚ ਹਾਂ ਦੋ ਸ੍ਰੀ ਸਭਾ ਲੈ ਕੇ ਗੁਰਤਾਰ ਸਿੰਘ ਜੀ ਸਟਾਕਟਨ ਦੀ ਧਰਤੀ ਤੋਂ ਭਾਜੀ ਮੋੜਨੀ ਅਸੀਂ ਜਾਣਦੇ ਹਾਂ ਉਹ ਸੂਰੀ ਉਹ ਸੂਰ ਦੇ ਬੱਚੇ ਸੰਦੀਪ ਸਿੰਘ ਨੇ ਮਾਰੀਆਂ ਜਾ ਕੇ ਗੋਲੀਆਂ ਫਿਰ ਜਦੋਂ ਖਾਲਸਾ ਦੀ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਮਾੜਾ ਚੰਗਾ ਕੋਈ ਬੋਲੇ ਫਿਰ ਖਾਲਸਾ ਦੀ ਕੌਮ ਬਰਦਾਸ਼ਤ ਕਰੂਗੀ ਮੇਰੀਆਂ ਮਾਵਾਂ ਖੜੀਆਂ ਮੇਰੀਆਂ ਭੈਣਾਂ ਖੜੀਆਂ ਉਹ ਸੂਰੀ ਇਹਨਾਂ ਨੂੰ ਇੰਨੀ ਮਾੜੀ ਸ਼ਬਦਾਂ 'ਚ ਵਰਤ ਲਿਆ ਸੀ ਪਰ ਖਾਲਸਾ ਜੀ ਫਿਰ ਕਈ ਕੀ ਹੋਇਆ ਫਿਰ ਉਹ ਸੰਦੀਪ ਸਿੰਘ ਨੇ ਉਹ ਯੋਧੇ ਨੇ ਅੰਮ੍ਰਿਤਸਰ ਸਾਹਿਬ 'ਚ ਉਹ ਸੂਰੀ ਦੇ ਕਿੰਨੇ ਗਨਮੈਨ ਸੀ 20 ਗਨਮੈਨ SSP ਉੱਥੇ ਪਤਾ ਨਹੀਂ ਕਿਹੜੇ ਕਿਹੜੇ ਉਹ ਆਫੀਸਰ ਜਿਹੜੇ ਪੰਜਾਬ ਪੁਲਿਸ ਦਾ ਮਹਿਕਮਾ ਖੜਾ ਸੀ ਪਰ ਉਹ ਖੁਦ ਚਾਹੁੰਦੇ ਸੀ ਪਾ ਦਿਓ ਭੋਗ ਦਾ ਪਰ ਖਾਲਸਾ ਜੀ ਫਿਰ ਸੂਰੀ ਦੇ ਇੱਥੇ ਪੁਰਪੜੀ 'ਚ ਮਾਰੀਆਂ ਜਾ ਕੇ ਸੋ ਖਾਲਸਾ ਜੀ ਭਾਈ ਸੰਦੀਪ ਸਿੰਘ ਦੀ ਮਹਾਨ ਕੁਰਬਾਨੀ ਨੂੰ ਨਮਸਕਾਰ ਆ ਖਾਲਸਾ ਜੀ ਜਿਹਨੇ ਐਡੀ ਤਗੜੀ ਸੋ ਖਾਲਸਾ ਦੀ ਪ੍ਰਵਾਹ ਨਹੀਂ ਕੀਤੀ ਨਿੱਕੇ ਨਿੱਕੇ ਬੱਚਿਆਂ ਦੀ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਸੋ ਪੁੱਤਰੇ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਖਾਲਸਾ ਪੁੱਤਰ ਸ਼੍ਰੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖਾਲਸਾ ਸੋ ਖਾਲਸਾ ਜੀ ਸੋ ਉਹ ਪਹੁੰਚਿਆ ਮਨ ਦੇ ਦਰਸ਼ਨ ਇਸ ਵੇਲੇ ਬੱਚਿਆਂ ਦੇ ਚੰਗੀਆਂ ਦੇ ਦਰਸ਼ਨ ਨਜ਼ਾਰੇ ਹਾਂ ਚੱਲ ਬਈ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਮਗਰ ਰਣਵੀਰ ਸਿੰਘ ਜੀ ਫਿਰ ਨਾਲ ਛੋਟਾ ਪਚੰਗੀ ਤੇ
सिमरन सिंह हाँ चक्करां दे जोर बखाई जा रहे हैं। सो खालसा जी सारे गटकियां का बहुत धन्यवाद। सो आपां नाल नाल जाना ये सारे अज आपां नगर कीर्तन दे विच ये दूजा नगर कीर्तन है 2019 च कोरोना आने तो पहला नगर कीर्तन शुरू होया जो महाराज ने 550 साल अवतार दिहाड़ा मनाया तो बाद दूजी बार हूँ महाराज की कृपा आप जल्दी कहते भी जे ये मार लिया सानू पेट कब्ज मिलेगा सोने का नहीं भाई नहीं हाईवे फोन के थले ही जाना ठीक है प्रैक्टिस कर लो। हाँ जी हाँ जी तो बाबा जी कहते कोई नहीं जो मार दोगे कोई नहीं फिर जाने का कुछ ना कुछ कड़ भी देवे। हाँ चल भाई हिम्मत सिंह जी हिम्मत सिंह जी तो इस वे मैदान हाँ चल भाई हम बापू पाल सिंह जी आ गया कैमरे फोकस कर दो बापू जी उत्ते वेखियो खालसा जी गुरमुख बुढ़े कदे नहीं महापुरश इस वे जफरवाल माझा इलाके बापू जी इस वे लाके दो मिनटियां वो मैदान तैयार पर तैयार भाई वरिंदर सिंह जी जेडे ग्लोबल ट्रैकिंग वाले उन्होंने बेनती है जिते बस सुनते हो कोल आ जाए माड़ा जहा क्योंकि संगत बार बार पूछ रही कि जी ट्राली जी चलनी आ बजुर्गों वास्ते दो ट्रालिया आ सो वो कितों तुरनिया आ सो क्योंकि सब तो पहला महाराज साहब जी की अपने पालकी सजाए महाराज साहब जी ने मोरे पांच प्यारे तो मगर मगर लगता दो ट्रालिया चलनिया वो बारे आप जरूर संगत को दस दीए अमृतपाल सिंह जी ट्रेसी की धरती तो हाँ जी अपने जसकीरत कौर ते एकमप्रीत कौर समुदियां संगतां दा जिहड़ियां सारियां संगतां बड़ियां दूरों दूरों चल के आईयां तहे दिलों धन्नवाद आ असीं सारिआं दे बहुत संगतां खासे दूरों दूरों अज दे इस महान नगर कीर्तन च शमूलियत कर रहीआं आ सारिआं संगतां दे गतकईआं दे असीं सो धन धन साहिब श्री गुरु ग्रंथ साहिब जी महाराज इत्थों गुरु घर दे समुचे कीर्तनी सिंह ग्रंथी सिंह सारिआं दा प्रबंधकां दा सारे सेवादारां दा सारे का तह दो धन्यवाद मारे कृपा कर आपू कर मिलो मेरे भाई कट्ठे हो गए खालसा जी काफला छोटा सी लेकिन है दलेर का गिदड़ा का नहीं बब्बर शेर का बाबा बलजीत सिंह जी बंबा उन्होंने भजंगड़ इस वे अशमीत कौर जी वो डांग लै गए सो वो खालसा जी अपने फादर साहब की गैर हाजिरी जी ना मैदान गज रहे दया कि आने लगा दया सिंह जी तो दूजे पासे अपने जाम सिंह फरी छोटी जी गेम जाम सिंह तो दयाल सिंह असं बाबा बलजीत सिंह बंबा का बहुत धन्यवाद करते हैं। सो पिछले साल इन्होंने बड़ी आगे बच्चों मेहनत कराई इतने तेजवीर सिंह आया तुम्हें मैदान से भगा जोर फिर चल भी जगराज सिंह जी आ गया मैदान जगराज सिंह जी सो वो इस वे सो महाराज की कृपा ना अज के 2022 13 नवंबर दिन ऐतवार 2022 यह दूजा महान नगर कीर्तन गुरद्वारा गुरमुख प्रकाश मंटीका हाँ तो प्रतापन सिंह जी भाजी मोड़नी असं जानते हाँ धर्म नालों जाना सानू प्यारियां नहीं सिर देके लिया मुल बिक दियां ये सरदारियां नहीं असं हिक ते खाणियां जानते हाँ अज तक किसी की पिठ से टेकां मारियां नहीं असं इज्जतां बचाईयां इतिहास दसे जोयां बैच जनानियां हारियां नहीं असं शेरां दे पुत शेर हाँ कुत्तियां बिलियां साडियां जारियां ने हाँ जी हाँ जी चलो भाई जगराज सिंह जी तो दूजे पासे अपने सिमरन सिंह तो जगराज सिंह जी आमो सामने सरी सोटी की गेम मंटीके दे दोने नौजवान साडा सारा इतिहास दस्तारदा है वैरी सदा सानू ललकार दे रहे रहन देना नहीं कि असी पग वाला वो हुक्म ते हुक्म चाढ़ते रहे साढ़े सिरों का सदा मुल पा के झाड़ी झाड़ी अंदर सानू भालते रहे रहे घर साढ़े घोड़े काठियां से असी औखे तो औखा काज किया पिछौर बनू कहाड़ कश्मीर ताई साड़ी इस दस्तार ने है राज किया बोले सो रहा हाँ जी गुरजंड सिंह जी ते बलतेज सिंह जी
ਗਰਜਾਨ ਸਿੰਘ ਤੇ ਵਰਦੇਵ ਸਿੰਘ ਦੀ ਫਰੀ ਛੋੜੀ ਗਏ। ਸੋ ਸੰਗਤ ਜੀ, ਸੋ ਜਿਹੜੀਆਂ ਟਰਾਲੀਆਂ ਕਹਿੰਦੇ ਆਉਣੀਆਂ ਸਨ ਉਹ ਕਿਸੇ ਕੰਨ ਕਰਕੇ ਨਹੀਂ ਆ ਸਕਦੀਆਂ। ਆ ਸਾਡਾ ਵੀਰ ਆ ਮੈਦਾਨ 'ਚ ਆ ਗਿਆ, ਆਹ ਨੇਰੀ ਸਾ ਖਾਲਸਾ ਡਾਂਗ ਲਾ ਕੇ ਮੈਦਾਨ ਸਿਵਲ ਵਰਦੀ ਪਾ ਕੇ, ਉਹ ਸਿਵਲ ਦੇ ਵਿੱਚ ਖਾਲਸਾ ਜੀ ਓਹੋ ਕਾਂਡਾ ਪਿਛਾ ਸਿਰ ਨੂੰ ਅੱਜ ਸਿਵਲ ਵਰਦੀ ਦੇ ਵਿੱਚ ਸਾਡਾ ਨੌਜਵਾਨ ਵੀਰ ਇਸ ਵੇਲੇ ਮੈਦਾਨ 'ਚ, ਉੱਧਰ ਅੰਮ੍ਰਿਤਪਾਲ ਸਿੰਘ ਜੀ ਉਹ ਦੁਬਈ ਤੋਂ ਜਾ ਕੇ ਪ੍ਰਚਾਰ ਕਰ ਰਹੇ ਆ, ਇੱਥੇ ਸਾਡੇ ਵੀਰਾਂ ਦਾ ਅਮਰੀਕਾ ਬੈਠੇ ਦਾ ਖੂਨ ਵਾਲੇ ਖੰਡਾ ਹੋਇਆ ਔਰ ਗੱਜ ਕੇ ਬੁਲਾਵੇ ਨੇ ਆਲੋ ਜਾਵੇ। ਸਤਿ ਸ੍ਰੀ ਅਕਾਲ ਵੀਰ ਦਾ ਬਹੁਤ ਧੰਨਵਾਦ ਕਰਦੇ ਹਾਂ। ਆਪਾਂ ਤਿਆਰ ਪ੍ਰਚਾਰ ਹੋਣਾ, ਬਾਣੀ ਬਾਣੀ ਦਾ ਧਾਰਨੀ ਹੋਣਾ, ਆ ਖਾੜੇ ਸਾਡੇ ਵਾਸਤੇ ਆ, ਆਓ ਖਾੜਿਆਂ ਵਿੱਚ ਸੁਰੱਖਿਆ ਖਿੱਚ ਕੰਮ ਨੂੰ ਗੋਲੀਆਂ ਲੈ ਕੇ ਸਿਮਰਨਦੀਪ ਸਿੰਘ ਸੁਰੱਖਿਆ ਇਸ ਵੇਲੇ ਮੈਦਾਨ 'ਚ ਖਾਲਸਾ ਜੀ। ਦੂਜੇ ਪਾਸੇ ਸੋ ਹਾਂਜੀ ਗੁਰਮਤ ਸਿੰਘ ਦੇ ਨਾਲ ਦੂਜੇ ਪਾਸੇ ਅਮਤੋਲ ਸਿੰਘ ਜੀ, ਅਮਤੋਲ ਸਿੰਘ ਦੇ ਨਾਲ ਦੂਜੇ ਪਾਸੇ ਗੁਰਮਤ ਸਿੰਘ। ਸੋ ਬੇਨਤੀ ਇੱਦਾਂ ਹੈ ਕਿ ਜਿਹੜੀਆਂ ਟਰਾਲੀਆਂ ਕਹਿੰਦੇ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੀਆਂ, ਅਤੇ ਬੇਨਤੀ ਇੱਦਾਂ ਹੈ ਕਿ ਜੋ ਨਗਰ ਕੀਰਤਨ ਆ ਗੁਰੂ ਘਰ ਤੋਂ ਉੱਥੋਂ ਨਿਕਲ ਕੇ ਖੱਬੇ ਮੁੜ ਕੇ ਅਤੇ ਮੁੜੇ ਏਅਰਪੋਰਟ ਦੇ ਖੱਬੇ ਮੁੜ ਕੇ ਅਤੇ ਪੀਜ ਦੇ ਖੱਬੇ ਮੁੜਨਾ, ਅਤੇ ਜਿਨ੍ਹਾਂ ਨੇ ਪਾਰਕ ਦੇ ਵਿੱਚ ਜਾਣਾ ਆ ਉਹਨਾਂ ਨੂੰ ਬੇਨਤੀ ਆ ਪਾਰਕ ਦੇ ਵਿੱਚ ਵੀ ਦੀਵਾਨ ਸਜਣਾ ਆ, ਉਹ ਪਾਰਕ ਇੱਥੋਂ ਸੱਜੇ ਮੁੜ ਕੇ ਨਾਲ ਹੀ ਪਹਿਲੀ ਸਟਰੀਟ ਆ ਉੱਥੋਂ ਖੱਬੇ ਮੁੜ ਕੇ ਜੇ ਪਾਰਕ ਆ ਇੱਥੇ ਉੱਥੇ ਆਪਦੀ ਚੱਲ ਜਿਓ। ਸੋ ਇਹ ਬੇਨਤੀ ਪ੍ਰਵਾਨ ਕਰਿਓ। ਹਾਂਜੀ ਚੱਲ ਬਈ ਬਘੇਲ ਸਿੰਘ ਜੀ, ਇੱਥੋਂ ਦੇ ਬਘੇਲ ਸਿੰਘ ਜੀ, ਹਾਂ ਸਾਡੀਆਂ ਦੇ 593 ਅਵਤਾਰ ਦਿਹਾੜੇ ਨੂੰ ਸਮਰਪਿਤ। ਚੱਲ ਬਈ ਚੱਲ ਕਮਲ ਕਮਲ ਕੌਰ ਅਤੇ ਦੂਜੇ ਪਾਸੇ ਜਸਕੀਰਤ ਕੌਰ, ਹਾਂ ਫਰੀ ਛੋਟੀ। ਸੋ ਉਹ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਦਾ ਬੜਾ ਭਾਰੀ ਉਤਸ਼ਾਹ, ਖਾਲਸਾ ਦੀ ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰ। ਦਇਆ ਖਿੱਚ ਕੰਮ ਨੂੰ ਹੋਏ ਦਇਆ ਸਿੰਘ ਅਤੇ ਦੂਜੇ ਪਾਸੇ ਮਹਤਾਬ ਸਿੰਘ ਮਾਈਕਲ ਜੋਡਨ ਬਣਿਆ ਅੱਜ ਦਇਆ ਸਿੰਘ, ਦਇਆ ਦੇ ਨਾਨੀ ਦੀ ਸ਼੍ਰੀ ਖੜੇ ਆ ਇੱਥੇ ਦਰਸ਼ਨ ਹੋ ਰਹੇ ਆ ਦਇਆ ਸਿੰਘ ਜੀ।